ਠੀਕ ਹੈ ਬਾਬੂ ਮੈਨੂੰ ਦੇਖਿਆ ਤੋਂ ਪਹਿਲਾਂ ਛੋਟੇ ਹੁੰਦੇ ਨੂੰ ਇੱਥੇ ਦੇਖਿਆ ਮੈਨੂੰ 40-45 ਸਾਲ ਹੋ ਗਏ ਇੱਥੇ ਅਜੇ ਬੈਗ ਜਾ ਪਾਇਆ ਹੁੰਦਾ ਕਈ ਵਾਰੀ ਮੈਂ ਇੱਧਰ ਦੀ ਆਇਆ ਹੁੰਦਾ ਬਸ ਤੁਰਕੇ ਦੇਖੋ ਬਸ ਅੱਡੇ 'ਚ ਬਹੁਤ ਚਿਰ ਹੋ ਗਿਆ ਹੈਨਾ ਆ ਥੋੜੇ ਜਿਹੇ ਚਿਰ ਹੋ ਗਏ ਤੇਰੇ ਡੈਡੀ ਜੀ ਸਾਹਿਬ ਵੀ ਮੇਰੇ ਕੋਲ ਬੈਠੇ ਨੇ ਇੱਥੇ ਆ ਕੇ ਗਏ ਨੇ ਮੇਰਾ ਖਾਲ 20 ਦਿਨਾਂ ਦੀ ਗੱਲ ਮੈਂ ਲੋਕਾਂ ਕੋਲੇ ਗੱਲਾਂ ਕਰਦਾ ਹੁੰਦਾ ਮੈਂ ਕਿਹਾ ਵੀ ਲੋਕ ਕਹਿੰਦੇ ਨੌਕਰੀ ਨਹੀਂ ਮਿਲੀ ਰੋਜ਼ਗਾਰ ਨਹੀਂ ਮਿਲਿਆ ਮੈਂ ਕਿਹਾ ਨਿੱਕੀ ਦਾ ਕਿੱਡਾ ਕੰਮ ਸੀ ਇਹਦਾ ਜਦੋਂ ਮਿਹਨਤ ਕਰੀ ਬਣ ਗਿਆ ਤਾਂ ਨਾਲ ਹੀ ਹੁੰਦਾ ਜੀ ਹੁਣ ਤੁਸੀਂ ਲਾ ਲਓ ਤੁਸੀਂ ਵੀ ਮਿਹਨਤ ਕਰੀ ਆ ਮਿਹਨਤ ਨਾਲ ਕਿੱਥੇ ਬਾਕੀ ਹੋਣੀ ਮਿਹਨਤ ਦਾ ਹੀ ਫਲ ਮਿਲਦਾ ਹਾਂ ਠੀਕ ਹੈ ਕੋਈ ਵੀ ਆ ਮਿਹਨਤ ਦੇ ਫਲ ਮਿਲਦਾ ਹਾਂ ਜੇ ਆਪਾਂ ਕਹੀਏ ਵੀ ਘਰੇ ਬੈਠੇ ਰਹੀਏ ਘਰੇ ਨਾਲ ਤਾਂ ਕੁਝ ਨਹੀਂ ਹੁੰਦਾ ਕੰਮ ਤਾਂ ਕਰਨੇ ठीक है बापू पाली धन्यवाद बापू कई बार गल करी बना बापू तुम पता ही है फिर थोड़ा कम धन आयो जा मसले बापू की सेवा दी वध दे दे यार मेरे वाले उस पे हो गए ले बापू ਸਾਨੂੰ ਇਹ ਬੇਨਤੀ ਇੱਕ ਬੇਨਤੀ ਰੱਖਾਂਗੇ।